ਤੇਰੇ ਦਰ ਤੇ ਆਏ ਧੀਰ ਦੁਨੀ
ਦੇ ਖਲੋਤੇ ਮੰਗਦੇ ਬੜੇ ਸਵਾਲੀ ਚੋਲੀਆਂ ਦੇ ਖਲੋਤੇ ਮੰਗਦੇ ਬੜੇ ਸਵਾਲੀ ਉਹ ਰੱਖ ਭਰੋਸਾ ਜੋ ਵੀ ਧਰਦੇ ਤੇ ਰੱਖ ਭਰੋਸਾ ਜੋ ਵੀ ਧਰਦੇ ਤੇ ਆ ਜਾਏ ਪਰਦੇ ਕਾਸੇ ਸਭ ਦੇ ਨਾ ਮੁੜੇ ਤੂੰ ਖਾਲੀ ਪਰਦੇ ਕਾਸੇ ਸਭ ਦੇ ਨਾ ਮੁੜੇ ਤੂੰ ਖਾਲੀ ਉਹ ਤੇਰੇ ਹੁਕਮ ਬਿਨਾਂ ਨਾ ਪਤਾ ਦਾਤਿਆ ਹਲਾਏ ਤੇਰੇ ਹੁਕਮ ਬਿਨਾਂ ਨਾ ਪਤਾ ਦਾਤਿਆ ਹਲਾਏ ਆਪੇ ਆਪੇ ਸੋ ਕੇ ਡੋਬੇ ਆਪੇ ਹੀ ਹਰਿਆਲੀ ਆਪੇ ਸੋ ਕੇ ਡੋਬੇ ਆਪੇ ਹੀ ਹਰਿਆਲੀ ਸਤਿਗੁਰ ਰਹਿਮਤ ਬਾਲੀ ਹੁਕਾ ਦਾ ਮਾਣ ਕਰੇ ਗੁਰ ਚਰਨ ਪੀਏ ਇਸ ਭਾਂਡੇ ਦਾ ਸੋਟੀ ਰੱਖ ਬਜਾਉਂਦਾ ਸਤਿਗੁਰ ਰਹਿਮਤ ਬਾਲੀ ਸੋਟੀ ਰੱਖ ਬਜਾਉਂਦਾ ਸਤਿਗੁਰ ਰਹਿਮਤ ਬਾਲੀ ਸੋਟੀ ਰੱਖ ਬਜਾਉਂਦਾ ਸਤਿਗੁਰ ਰਹਿਮਤ ਬਾਲੀ ਵਾਹਿਗੁਰੂ 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 ਵਾਹਿਗੁਰੂ
ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜੁਗੋ ਜੁਗ ਅਟਲ ਚਵਰ ਤੇ ਛਤਰ ਦੇ ਮਾਲਕ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਬਾਰਗਾਹ ਦੇ ਵਿੱਚ ਜੁੜ ਕਰਕੇ ਇੱਕ ਓਅੰਕਾਰ ਆਸ਼ਰਮ ਨਾਨਕ ਸਰ ਸਿੰਘੜਾ ਦੀ ਪਾਵਨ ਪਵਿੱਤਰ ਧਰਤੀ ਤੇ ਬੈਠ ਕਰਕੇ ਰਾਤਰੀ ਦੇ ਦੀਵਾਨ ਵਿੱਚ ਸੱਜ ਕੇ ਪਰਮ ਪੂਜੇ ਅਮਰ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਮਹਾਰਾਜ ਜੀ ਦੇ ਪਿਆਰ ਦਾ ਸਦਕਾ ਗੁਰੂ ਸਾਹਿਬ ਜੀ ਦੇ ਪਿਆਰ ਦਾ ਸਦਕਾ ਆਪ ਜੀ ਜੁੜ ਕਰਕੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਾਂ ਔਰ ਧੰਨ ਧੰਨ ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਜਿਨ੍ਹਾਂ ਦੇ ਗੁਰਤਾ ਗੱਦੀ ਦਿਹਾੜੇ ਨੂੰ ਮਨਾਉਂਦੇ ਹਾਂ ਜੁੜ ਕਰਕੇ ਨਿਰੰਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਆਓ ਪਿਆਰ ਸਤਿਕਾਰ ਸਹਿਤ ਸਾਡੀ ਤੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਲੱਗ ਜਾਏ ਸਮੇਂ ਨੂੰ ਧਿਆਨ ਵਿੱਚ ਰੱਖ ਕਰਕੇ ਸਤਿਗੁਰੂ ਜੀ ਆਪਣੀ ਸਿਫਤ ਆਪਣੀ ਉਸਤਤ ਆਪਣੀ ਕਿਰਤ ਆਪ ਕਰਾ ਲੈਣ ਪਿਆਰ ਸਤਿਕਾਰ ਸਹਿਤ ਸਾਰੇ ਅਸੀਸ ਬਖਸ਼ੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ ਉੱਥੇ ਗੁਰੂ ਕੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਮੇਰੇ ਤੋਂ ਪਹਿਲਾਂ ਬੋਲੇ ਜਿੰਨੇ ਵੀ ਬੁਲਾਰੇ ਗੁਰੂ ਕੇ ਕੀਰਤਨੀ ਜਿਵੇਂ ਹੁਣੇ ਪਰਮ ਪੂਜੇ ਭਾਈ ਇੰਦਰਜੀਤ ਸਿੰਘ ਜੀ ਹੁਣੀ ਹਜ਼ੂਰੀ ਰਾਗੀ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਹਾਜ਼ਰੀ ਭਰ ਰਹੇ ਸਨ ਉਹਨਾਂ ਦਾ ਵੀ ਦਾਸ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਹੈ ਔਰ ਸਟੇਜ ਦਾ ਸੰਚਾਲਨ ਕਰ ਰਹੇ ਜੋ ਕਿ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਭੋਲਾ ਜੀ ਉਹਨਾਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਪਰਮ ਪੂਜੇ ਸ਼੍ਰੀਮਾਨ ਸੰਤ ਤਰਲੋਚਨ ਸਿੰਘ ਜੀ ਹੁਣਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਜੋ ਕਿ ਸਾਰੇ ਸਮੂਹ ਸੰਗਤਾਂ ਨੇ ਸਮੂਹ ਵਿਹੰਗਮਾਂ ਨੇ ਜੋ ਸੇਵਾ ਦੀ ਡਿਊਟੀ ਉਚੇਚੇ ਤੌਰ 'ਤੇ ਉਹਨਾਂ ਦੀ ਲਾਈ ਪਰਮ ਪੂਜੇ ਜਿੱਥੇ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਉੱਥੇ ਉਹਨਾਂ ਦੇ ਨਾਲ ਵਿਚਰੇ ਸਾਰੇ ਵਿਹੰਗਮਾਂ ਦਾ ਨਾਲ ਬਹੁਤ ਲੰਮੇ ਸਮੇਂ ਤੋਂ ਸਾਥ ਨਿਭਾਉਣ ਵਾਲੇ ਵਿਹੰਗ ਸਿੰਘਾਂ ਦਾ ਸੰਤ ਜਣਾਂ ਦਾ ਸ਼੍ਰੀਮਾਨ ਸੰਤ ਬਾਬਾ ਸਰਬਜੀਤ ਸਿੰਘ ਜੀ ਸਰਸਾ ਜੀ ਉਹਨਾਂ ਦਾ ਸ਼੍ਰੀਮਾਨ ਸੰਤ ਬਾਬਾ ਗੇਜਾ ਸਿੰਘ ਜੀ ਉਹਨਾਂ ਦਾ ਭਾਈ ਅਜਮੇਰ ਸਿੰਘ ਜੀ ਸੰਤ ਅਜਮੇਰ ਸਿੰਘ ਜੀ ਉਹਨਾਂ ਦਾ ਸੰਤ ਪਰਮਜੀਤ ਸਿੰਘ ਜੀ ਉਹਨਾਂ ਦਾ ਅਤੇ ਸੰਤ ਆਪਣੇ ਸਟੇਜ 'ਤੇ ਬੈਠੇ ਨੇ ਭਾਈ ਸਵਰਨ ਸਿੰਘ ਜੀ ਹੋਣੀ ਉਹਨਾਂ ਦਾ ਹੋਰ ਸਮੂਹ ਜਿੰਨੇ ਵਿਹੰਗਮ ਸਿੰਘ ਸਾਰਿਆਂ ਦਾ ਭਾਈ ਗਗਨ ਸਿੰਘ ਜੀ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਭਾਈ ਸੁਖਵਿੰਦਰ ਸਿੰਘ ਜੀ ਸਭ ਦਾ ਧੰਨਵਾਦ ਆਓ ਮੈਂ ਜਿਹੜੀ ਬੇਨਤੀ ਸਾਧ ਸਿੰਘ ਜੀ ਆਪਾਂ ਕਰਨ ਲੱਗੇ ਹਾਂ ਕਿ ਧੰਨ ਬਾਬਾ ਰਾਮ ਸਿੰਘ ਜੀ ਮਹਾਰਾਜ ਜਦੋਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਣਾ ਨਾ ਤੇ ਸਾਧ ਸਿੰਘ ਜੀ ਉਚੇਚੇ ਤੌਰ 'ਤੇ ਬਚਨ ਕਰਨੇ ਆਪ ਜੀ ਦੇ ਕੁਝ ਸਾਲਾਂ ਪਹਿਲਾਂ ਬਚਨ ਯਾਦ ਹੋਣੇ ਬਾਬਾ ਜੀ ਦੇ ਸਰੂਪ ਤਿਆਰ ਕਰਾਏ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਮਹਾਰਾਜ ਜੀ ਨੇ ਤੇ ਜਦੋਂ ਸੰਗਤਾਂ ਨੇ ਵਿਦਾਇਗੀ ਲੈਣੀ ਨਾ ਤੇ ਬਾਬਾ ਜੀ ਨੇ ਕਹਿਣਾ ਦਰਗਾਹ ਦਾ ਨੰਬਰ ਚਾਹੀਦਾ ਅਕਾਲ ਪੁਰਖ ਦਾ ਗੁਰੂ ਸਾਹਿਬ ਦਾ ਨੰਬਰ ਚਾਹੀਦਾ ਤੇ ਹਰ ਕੋਈ ਚਾਹੁੰਦਾ ਵੀ ਮੈਨੂੰ ਮਿਲੇ ਤੇ ਬਾਬਾ ਜੀ ਦਾ ਸਰੂਪ ਦੇਖ ਕੇ ਕਹਿਣਾ ਕਹਿੰਦੇ ਇਹ ਦਰਗਾਹ ਦਾ ਨੰਬਰ ਹੈ ਭਾਵ ਜੇ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੋਗੇ ਤੇ ਉਹ ਤੁਹਾਡੀ ਬੇਨਤੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਏ ਉਚੇਚੇ ਤੌਰ 'ਤੇ ਬਚਨ ਕਰ ਤੇ ਸਤਿਸੰਗ ਜੀ ਅੱਜ ਆਪਾਂ ਸ਼੍ਰੀਮਾਨ ਜਿਹੜੇ ਤਤਵੇਤਾ ਪੁਰਸ਼ ਯੁੱਗ ਪੁਰਸ਼ ਬ੍ਰਹਮ ਨਿਸ਼ਟ ਬ੍ਰਹਮ ਸਰੋਤ ਬ੍ਰਹਮ ਲੀਨ ਬ੍ਰਹਮ ਗਿਆਨੀ ਜਿਨ੍ਹਾਂ ਨੇ ਤਪ ਕਰਕੇ ਜਪ ਕਰਕੇ ਖੰਡੇ ਬਾਟੇ ਦੀ ਪਹੁਲ ਪਿਲਾ ਕਰਕੇ ਤੇ ਪ੍ਰਚਾਰ ਦੇ ਮਾਧਿਅਮ ਰਾਹੀਂ ਪਤਾ ਨਹੀਂ ਕਿੰਨੀਆਂ ਗੁਰੂਹਾਂ ਨੂੰ ਸੰਤਾਂ ਨੂੰ
ਉਸ ਰੱਬ ਦੇ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ। ਤੇ ਸੰਤ ਬਾਬਾ ਗੇਜਾ ਸਿੰਘ ਜੀ ਵੀ ਬਚਨ ਕਰਦੇ ਨੇ, ਆਪਣੇ ਬਚਨ ਚ ਲਿਖਦੇ ਆ ਕਿ ਜਿੱਥੇ ਗਰੀਬ ਨਿਵਾਜ ਸਨ ਉੱਥੇ ਅਮੀਰ ਨਿਵਾਜ ਵੀ ਸਨ। ਭਾਵ ਵੱਡੇ ਵੱਡੇ, ਅੱਜ ਦੇਖੋ ਸਾਧੂ ਚਾਹੁੰਦਾ ਕਿ ਕੋਈ ਵੱਡੇ ਰੁਤਬੇ ਵਾਲੇ ਨੂੰ ਮੈਂ ਮਿਲਾਂ। ਸਤਿਸੰਗ ਜੀ ਅੱਜ ਦਾ ਟ੍ਰੈਂਡ ਇੱਦਾਂ ਦਾ ਬਣ ਚੁੱਕੇ ਆ। ਪਰ ਜੇਕਰ ਆਪਾਂ ਪੁਰਾਤਨ ਧਿਆਨ ਮਾਰੀਏ, ਸਾਈਂ ਮੀਆਂ ਮੀਰ ਜੀ ਮਿਲਣ ਵਾਸਤੇ ਜਹਾਂਗੀਰ ਬਾਦਸ਼ਾਹ ਦੇ ਕੋਲ ਨਹੀਂ ਗਿਆ, ਤੇ ਜਹਾਂਗੀਰ ਬਾਦਸ਼ਾਹ ਆਪ ਚੱਲ ਕਰਕੇ ਆਉਂਦਾ ਸੀ ਸਾਈਂ ਮੀਆਂ ਮੀਰ ਜੀ ਦੇ ਪਾਸ। ਇੱਕ ਦਿਨ ਚੱਲ ਕੇ ਆਇਆ ਤੇ ਅੰਦਰੋਂ ਕੁੰਡੀ ਨਹੀਂ ਖੋਲਦੇ ਸਾਈਂ ਜੀ, ਤੇ ਉਹ ਵਾਰ ਵਾਰ ਨੋਕ ਕਰਦੇ ਆ, ਖੜਕਾਉਂਦੇ ਆ, ਤੇ ਉਹਨਾਂ ਨੇ ਕਿਹਾ ਕੀ ਕਾਲ ਪਏਗੀ, ਕੀ ਗੱਲ ਹੋ ਗਈ? ਉਹਨਾਂ ਨੇ ਕਿਹਾ ਬਾਬਾ ਜੀ, ਸਾਈਂ ਜੀ, ਅੱਜ ਮੈਂ ਬੜਾ ਖੁਸ਼ ਹਾਂ, ਮੇਰੇ ਕੋਲੋਂ ਮੰਗੋ ਕੀ ਮੰਗਣਾ ਚਾਹੁੰਦੇ। ਮੈਂ ਬੜਾ ਖੁਸ਼ ਹਾਂ ਕਿਉਂਕਿ ਜਦੋਂ ਕੋਈ ਵਾਧਾ ਹੁੰਦਾ ਤੇ ਬੰਦਾ ਖੁਸ਼ ਹੁੰਦਾ, ਦੁਨਿਆਵੀ ਸੁੱਖ ਮਿਲਦਾ ਤੇ ਬੰਦਾ ਖੁਸ਼ ਹੁੰਦਾ। ਤੇ ਅੱਗੋਂ ਸਾਈਂ ਜੀ ਕਹਿੰਦੇ ਜੋ ਮੰਗਾਂਗਾ ਉਹ ਦਿਓਗੇ ਬਾਦਸ਼ਾਹ? ਕਹਿੰਦੇ ਹਾਂ। ਕਹਿੰਦੇ ਪਰ ਇੱਕ ਗੱਲ ਸੁਣ, ਅੱਜ ਤੋਂ ਬਾਅਦ ਸਾਡੇ ਦਰਵਾਜ਼ੇ ਤੇ ਨਾ ਆਈ, ਕਿਉਂਕਿ ਕੰਮ ਤੈਨੂੰ ਵੀ ਬੜੇ ਆ ਤੇ ਕੰਮ ਸਾਨੂੰ ਵੀ ਬੜੇ ਆ। ਤੈਨੂੰ ਦੁਨੀਆਂ ਦੇ ਕੰਮ ਬੜੇ ਆ ਤੇ ਸਾਨੂੰ ਰੱਬ ਦੇ ਕੰਮ ਬੜੇ ਆ, ਤੂੰ ਅੱਜ ਤੋਂ ਬਾਅਦ ਸਾਡੇ ਕੋਲ ਨਾ। ਇਹ ਹੁੰਦਾ ਸਾਧੂ। ਤੇ ਸਾਧ ਸਿੰਘ ਜੀ ਅੱਜ ਆਪਣੀ ਹੋੜ ਹੁੰਦੀ ਆ ਕਿ ਵੱਡੇ ਲੋਕਾਂ ਦੇ ਕੋਲ ਸਾਡੀ ਪਹੁੰਚ ਹੋਵੇ, ਪਰ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਉਹਨਾਂ ਦੇ ਕੋਲ ਆਪਣੇ ਭਾਰਤ ਦੇ ਰਾਸ਼ਟਰਪਤੀ ਸਾਧ ਸਿੰਘ ਜੀ ਉਹ ਬੇਨਤੀਆਂ ਕਰਦੇ ਸੀ, ਬਾਬਾ ਜੀ ਰਾਸ਼ਟਰਪਤੀ ਭਵਨ 'ਚ ਆ ਕੇ ਚਰਨ ਪਾ ਦਿਓ, ਰਾਸ਼ਟਰਪਤੀ ਭਵਨ 'ਚ ਆ ਕੇ ਚਰਨ ਪਾ ਦਿਓ। ਰਾਜੇ ਮਹਾਰਾਜੇ, ਜੇ ਆਪਾਂ ਪਟਿਆਲੇ ਵਾਲੇ ਮਹਾਰਾਜੇ ਦੇ ਜ਼ਿਕਰ ਕਰਦੇ ਹਾਂ, ਤੇ ਸਾਧ ਸਿੰਘ ਜੀ ਰਾਜ ਭਾਗ ਨੂੰ ਛੱਡ ਕੇ ਉਹ ਬਾਬਾ ਜੀ ਦੇ ਨਾਲ ਚਾਹੁੰਦੇ ਸੀ ਕਿ ਅਸੀਂ ਤੇਰੇ ਚਰਨਾਂ ਦੇ ਵਿੱਚ ਰਹੀ। ਉਹਨਾਂ ਨੂੰ ਰਾਜ ਯੋਗੀ ਬਣਾਤਾ ਮਹਾਰਾਜ ਨੇ, ਰਾਜਿਆਂ ਨੂੰ ਵੀ ਜਿੱਥੇ ਰੱਬ ਨਾਲ ਜੋੜ ਕਰਕੇ ਸਾਧ ਸਿੰਘ ਜੀ ਯੋਗ ਦੀ ਵੀ ਸਾਧਨਾ ਬਖਸ਼ਿਸ਼ ਕਰ ਦਿੱਤੀ। ਸੋ ਉਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਿਆਰ ਵਿੱਚ ਭਿੱਜ ਕਰਕੇ ਆਪਾਂ ਬੈਠੇ ਹਾਂ, ਤੇ ਬਾਬਾ ਜੀ ਦੀਆਂ ਖੁਸ਼ੀਆਂ, ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਉਹ ਵੀ ਸਾਡੇ ਉੱਤੇ ਵਰਤ ਰਹੀਆਂ, ਕਿਉਂਕਿ ਅੱਜ ਦੇ ਦਿਨ ਬਾਬਾ ਜੀ ਦੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਸੀ। ਬਾਬਾ ਰਾਮ ਜੀ ਮਹਾਰਾਜ ਅੱਜ ਦੇ ਦਿਨ ਇੰਨੇ ਪ੍ਰਸੰਨ ਹੁੰਦੇ ਸੀ ਜੋ ਵੀ ਆਉਂਦਾ ਸੀ, ਤੇ ਸਾਧ ਸੰਗਤ ਜੀ ਜੋ ਮੰਗਦਾ ਸੀ ਉਸ ਪਰਮਾਤਮਾ ਦੇ ਦਰ ਤੋਂ ਬਖਸ਼ਾਂ ਝੋਲੀ ਵਿੱਚ ਪਾਉਂਦੇ ਸਨ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਸਾਰੀ ਜ਼ਿੰਦਗੀ 36 ਸਾਲ ਤੋਂ ਵੱਧ ਦਾ ਸਮਾਂ ਜਿੱਥੇ ਬੰਦਗੀ ਦੇ ਵਿੱਚ ਲਾਉਣਾ ਕੀਤਾ ਬਚਪਨ ਤੋਂ ਲੈ ਕੇ ਹੀ, ਤੇ ਸਾਧ ਸੰਗਤ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾ ਕਰਕੇ ਜਿੱਥੇ ਗਾਗਰ ਆਪ ਲਿਆ ਕੇ ਗੋਦਾਵਰੀ 'ਚੋਂ ਇਸ਼ਨਾਨ ਕਰਾਉਂਦੇ ਰਹੇ, ਤੇ ਫਿਰ ਆਪ ਸਾਧ ਸੰਗਤ ਜੀ ਖੰਡੇ ਬਾਟੇ ਦੀ ਪੋਹ ਲੈ ਕਰਕੇ ਉਸ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਉਹਦੀ ਬਾਣੀ ਦੇ ਨਾਲ ਪ੍ਰੇਮ ਬਣਾ ਕਰਕੇ ਟਕਸਾਲੀ ਉਹਨਾਂ ਸਿੰਘਾਂ ਤੋਂ, ਤੇ ਸਾਧ ਸਿੰਘ ਜੀ ਬਾਬਾ ਵਧਾਵਾ ਸਿੰਘ ਜੀ ਉਹਨਾਂ ਪਾਸੋਂ, ਤੇ ਜਦੋਂ ਗਏ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਉਸੇ ਹੀ ਪ੍ਰਚਾਰ ਨੂੰ ਉਸੇ ਹੀ ਮਹਿਮਾ ਨੇ ਅਗਾਂਹ ਤੋਰਨਾ ਕੀਤਾ, ਜਿੱਥੇ ਗੁਰਦੁਆਰਾ ਸਾਹਿਬਾਂ ਦੀ ਉਸਾਰੀ ਕੀਤੀ, ਸਰੋਵਰ ਦੀ ਉਸਾਰੀ ਕੀਤੀ, ਉੱਥੇ ਰੱਬ ਨਾਲ ਜੋੜਨਾ ਕੀਤਾ। ਆਓ ਮੇਰੀ ਕਵਿਤਾ ਦੇ ਪਹਿਲੇ ਬੋਲ ਨੇ ਕਿ ਮਹਿਮਾ ਸੰਤਾਂ ਦੀ ਵੇਦ ਕਿਤੇਬਾਂ ਨਾ ਜਾਣੀ, ਕਿਉਂਕਿ ਵੇਦ ਤੇ ਕਿਤੇਬ ਕਦੇ ਵੀ ਮਹਿਮਾ ਸਾਧੂ ਦੀ ਨਹੀਂ ਜਾਣ ਸਕਦੇ, ਕਿਉਂਕਿ ਸਾਧੂ ਹੁੰਦੇ ਦੁਨੀਆਂ ਤੇ ਆ ਪਰ ਪਰਉਪਕਾਰ ਦੇ ਰਾਹੀਂ ਰੱਬ ਨਾਲ ਯਾਰੀ ਲਾ ਕੇ ਲੋਕਾਂ ਨੂੰ ਤਾਰਦੇ, ਸਾਡੇ ਵਰਗੇ ਜੀਵਾਂ ਨੂੰ ਤਾਰਦੇ ਆ। ਆਓ ਮਹਿਮਾ ਸੰਤਾਂ ਦੀ ਨਾ ਵੇਦ ਕਿਤੇਬਾਂ ਜਾਣੀ ਸੁਣੀ।
ਹੋ ਮੈਂ ਮਾਂ ਸੰਤਾਂ ਦੀ, ਹੋ ਮੈਂ ਮਾਂ ਸੰਤਾਂ ਦੀ ਨਾ ਫੇਰ ਕਦੇ ਬਾਂ ਜਾਣੀ, ਹੋ ਮੈਂ ਮਾਂ ਸੰਤਾਂ ਦੀ, ਹੋ ਮੈਂ ਮਾਂ ਸੰਤਾਂ ਦੀ। ਓ
ਧਰਮ ਕੀ ਪੌੜੀ ਫਿਰ ਨਾ ਕੋਈ ਪਾਵੇ। ਉਹ ਦੁਨੀਆ ਉੱਤੇ ਹੈ ਨੇ ਅਨੇਕਾਂ, ਕਰਦੇ ਜੋ ਦਿਖਾਵੇ। ਸੱਚ ਦਾ ਮਾਰਗ ਧਰਮ ਕੀ ਪੌੜੀ ਫਿਰ ਨਾ ਕੋਈ ਪਾਵੇ। ਉਹ ਦੁਨੀਆ ਉੱਤੇ ਹੈ ਨੇ ਅਨੇਕਾਂ, ਕਰਦੇ ਜੋ ਦਿਖਾਵੇ। ਫੁੱਲ ਪਾਣੀ ਮਹਿਮਾ ਸੰਤਾਂ ਦੀ, ਹੋ ਮਹਿਮਾ ਸੰਤਾਂ ਦੀ, ਨਾ ਭੇਦ ਕਦੇ ਬਾਜਾਣੀ। ਹੋ ਮਹਿਮਾ ਸੰਤਾਂ ਦੀ, ਹੋ ਮਹਿਮਾ ਸੰਤਾਂ ਦੀ। ਧਰਮ ਭੁੱਲੇ ਖੇ ਦੂਰ ਹੋ ਜਾਂਦੇ ਜਦ ਸਾਧੂ ਗਲ ਲਾਵੇ। ਉਹ ਨਦਰੇ ਰਹਿਮਤ ਆਪਣੀ ਕਰਕੇ ਕੱਖੋਂ ਲੱਖ ਬਣਾਵੇ। ਉਹ ਧਰਮ ਭੁੱਲੇ ਖੇ ਦੂਰ ਹੋ ਜਾਂਦੇ ਜਦ ਸਾਧੂ ਗਲ ਲਾਵੇ। ਉਹ ਨਦਰੇ ਰਹਿਮਤ ਆਪਣੀ ਕਰਕੇ ਕੱਖੋਂ ਲੱਖ ਬਣਾਵੇ। ਪਰ ਚਰਨ ਪੀਏ ਉਹ ਸਾਧ ਹੀ ਬਣ ਗਏ। ਹੋ ਮਹਿਮਾ ਸੰਤਾਂ ਦੀ, ਹੋ ਮਹਿਮਾ ਸੰਤਾਂ ਦੀ, ਨਾ ਭੇਦ ਕਦੇ ਬਾਜਾਣੀ। ਹੋ ਮਹਿਮਾ ਸੰਤਾਂ ਦੀ, ਨਾ ਭੇਦ ਕਦੇ ਬਾਜਾਣੀ। ਹੋ ਮਹਿਮਾ ਸੰਤਾਂ ਦੀ, ਹੋ ਮਹਿਮਾ ਸੰਤਾਂ ਦੀ, ਹੋ ਮਹਿਮਾ ਸੰਤਾਂ ਦੀ। ਹੋ ਜਿਹੜਾ ਹਰੀ ਦਾ ਸੰਤ ਹੈ ਸਾਧ ਸੰਗਤ ਜੀ, ਉਹ ਹਰੀ ਵਰਗਾ ਹੀ ਆ, ਪਰਮਾਤਮਾ ਹੀ ਆ। ਜਿਨ੍ਹਾਂ ਨੇ ਰਮਜ ਨੂੰ ਜਾਣ ਲਿਆ ਤੇ ਉਹਨਾਂ ਨੇ ਰੱਬ ਨੂੰ ਪਾ ਲਿਆ, ਜਿਨ੍ਹਾਂ ਨੇ ਨਹੀਂ ਸਮਝਿਆ ਤੇ ਸਾਧ ਸੰਗਤ ਜੀ ਫਿਰ ਦੋਸ਼ ਕਿਸੇ ਦਾ ਨਹੀਂ, ਦੋਸ਼ ਆਪਣੇ ਕਰਮਾਂ ਦਾ ਜੇ ਨਹੀਂ ਸਮਝਿਆ ਤੇ ਨਹੀਂ ਪਾਇਆ, ਕਿਉਂਕਿ ਸਾਧੂ ਰੱਬ ਦਾ ਰੂਪ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਦੇਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੇ ਬੂਟੇ ਨੂੰ ਲਾਇਆ ਤੇ ਸਾਧ ਸੰਗਤ ਜੀ ਦਸਵੇਂ ਜਾਮੇ ਚ ਬਾਬਾ ਕੀ ਕਹਿੰਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਹਿੰਦੇ ਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅਗਲਾ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜਾਂ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਲੇ। ਇਹ ਕਲਗੀਧਰ ਦਾ ਬਚਨ ਹੈ ਤੇ ਇਹ ਵੀ ਮਹਾਰਾਜ ਦਾ ਬਚਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਸ ਬਚਨ ਨੂੰ ਕਿਹਨੇ ਮੰਨਿਆ? ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ।
ਮੰਨਿਆ ਨਾ ਕਿ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ। ਇੱਕ ਗੁਰੂ ਨੂੰ ਸਾਧ ਸੰਗਤ ਜੀ ਪ੍ਰਤੱਖ ਜਾਣਿਆ ਤੇ ਫਿਰ ਜਿਨ੍ਹਾਂ ਨੇ ਪ੍ਰੇਮ ਕਰਿਆ ਤੇ ਰੱਬ ਨੂੰ ਪਾ ਲਿਆ, ਰੱਬ ਦਾ ਦੀਦਾਰ ਕਰ ਲਿਆ। ਆਖੋ ਸਤਨਾਮ, ਯੁਕਤੀ ਨੂੰ ਸਮਝਿਓ। ਭਾਈ ਗੁਰਦਾਸ ਜੀ ਦਾ ਇੱਕ ਕਵਿਤਾ 437ਵਾਂ, ਭਾਈ ਗੁਰਦਾਸ ਜੀ ਕਹਿੰਦੇ ਗੱਲ ਸੁਣੋ, ਖਾਂਡ ਖਾਂਡ ਕਹੇ ਜੀਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ। ਫਿਰ ਅਗਲਾ ਬਚਨ ਕਹਿੰਦੇ ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਪ ਦਰਪ ਕਹੇ ਦਰਪੇ ਨਾ ਬਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟੈ ਨਾ ਸੁਬਾਸ ਬਾਸ, ਚੰਦਰ ਚੰਦਰ ਕਹੇ ਉਜਿਆਰੋ ਨਾ ਪ੍ਰਗਾਸ ਹੈ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ ਹੈ। ਇੱਕ ਵਾਰੀ ਫੇਰ ਸਾਰੇ ਆਖੋ ਸਤਨਾਮ। ਹੁਣ ਬੇਨਤੀ ਨੂੰ ਸਮਝਿਓ, ਮੈਂ ਮਹਾਂਪੁਰਸ਼ਾਂ ਨੂੰ ਜੀ ਆਇਆ ਕਹਿਣਾ। ਪਹਿਲਾਂ ਮਾਫ਼ੀ ਚਾਹੁੰਦਾ ਸੰਤ ਬਾਬਾ ਗੁਰਮੀਤ ਸਿੰਘ ਜੀ, ਏਕਤਾ ਕਲੋਨੀ ਕਰਨਾਲ ਵਾਲੇ ਮਹਾਂਪੁਰਖ ਕਾਤੋਂ ਸਟੇਜ 'ਤੇ ਬੈਠੇ ਆ, ਧੰਨਵਾਦ। ਔਰ ਦੀਵਾਨ ਵੀ ਕਰਾਉਂਦੇ ਆ, ਢਾਡੀ ਸਮਾਗਮ ਕਰਾਉਂਦੇ ਆ, ਸੰਤ ਸਮਾਗਮ ਕਰਾਉਂਦੇ ਆ, ਬਾਬਾ ਜੀ ਦੇ ਵਰਸਾਏ ਆ। ਸੰਤ ਬਾਬਾ ਕਸ਼ਮੀਰ ਸਿੰਘ ਜੀ ਕਰਨਾਲ ਵਾਲੇ ਮਹਾਂਪੁਰਖ, ਧੰਨ ਬਾਬਾ ਜੰਗ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਨੇ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਨੇ ਜੀ ਆਇਆ। ਸੇਵਾ ਪੰਥੀ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਹੋਣੀ, ਉਹ ਵੀ ਉਚੇਚੇ ਤੌਰ 'ਤੇ ਆਏ ਆ ਜੀ ਆਇਆਂ ਨੂੰ ਧੰਨਵਾਦ ਕਰਦੇ ਹਾਂ। ਅਤੇ ਸਟੇਜ 'ਤੇ ਸ਼ੋਭਤ ਬਾਬਾ ਸਰਸਾ ਜੀ, ਗੇਜਾ ਜੀ, ਭੋਲਾ ਜੀ, ਮੈਂ ਫਿਰ ਸਭਨਾਂ ਦਾ ਧੰਨਵਾਦ। ਔਰ ਹਰਿਆਣਾ ਸਿੱਖ ਮਿਸ਼ਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਭਾਈ ਮੰਗਪ੍ਰੀਤ ਸਿੰਘ ਜੀ, ਉਹ ਵੀ ਹਾਜ਼ਰੀ ਭਰ ਕੇ ਗਏ। ਇਹ ਪ੍ਰੇਮ ਹੈ ਨਾ ਸਾਧ ਸੰਗਤ ਜੀ, ਇਹ ਬਾਬਾ ਜੀ ਨਾਲ ਪ੍ਰੇਮ ਹੈ, ਇਸ ਸਥਾਨ ਨਾਲ ਪ੍ਰੇਮ ਹੈ। ਸਾਚ ਕਹੋ ਸੁਣ ਲਿਓ, ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਵ ਤੱਕਿਓ। ਭਾਈ ਸਾਹਿਬ ਕਹਿੰਦੇ ਬੈਦ ਬੈਦ ਕਹੀ ਜਾਈਏ, ਤੇ ਜਿਹੜਾ ਬੈਦ ਨੁਸਖਾ ਦੱਸਦਾ ਉਹਨੂੰ ਨਾ ਅਪਣਾਈਏ ਤੇ ਬੈਦ ਬੈਦ ਕਹਿਣ ਨਾਲ ਗੱਲ ਨਹੀਂ ਬਣਨੀ। ਅੱਗ ਅੱਗ ਕਹੀ ਜਾਈਏ ਤੇ ਅੱਗ ਬਾਲੀਏ ਨਾ, ਫਿਰ ਕੋਈ ਕਾਜ ਤੇ ਨਹੀਂ ਸੰਭਰਦਾ। ਤੇ ਭਾਈ ਸਾਹਿਬ ਜੀ ਕਹਿੰਦੇ ਗੱਲ ਸੁਣੋ, ਜੇ ਚੰਦਨ ਚੰਦਨ ਕਹੀ ਜਾਈਏ ਤੇ ਚੰਦਨ ਹੋਵੇ ਨਾ, ਏਦਾਂ ਤੇ ਸੁਗੰਧੀ ਨਹੀਂ ਆਉਂਦੀ। ਕੋਈ ਆਪੇ ਸਿਆਣਾ ਬਣਦਾ ਰਹੇ, ਧਨਵੰਤ ਬਣਦਾ ਰਹੇ, ਆਪੇ ਕਹਿਣ ਨਾਲ ਤੇ ਕੋਈ ਸਿਆਣਾ ਨਹੀਂ ਬਣਦਾ। ਖੰਡ ਖੰਡ ਕਹੀ ਜਾਈਏ ਤੇ ਖੰਡ ਨੂੰ ਪਾਈਏ ਨਾ, ਖੀਰ ਵਿੱਚ ਨਾ ਪਾਈਏ, ਖੋਲ ਧਰ ਦਈਏ ਤੇ ਖੰਡ ਏਦਾਂ ਤੇ ਮਿੱਠੀ ਨਹੀਂ ਲੱਗਣੀ। ਤੇ ਸਾਧ ਸੰਗਤ ਜੀ, ਏਦਾਂ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਮਹਾਰਾਜ ਕਹਿੰਦੇ ਆਗਿਆ ਪਈ ਅਕਾਲ ਕੀ ਤੰਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਆਪਾਂ ਤੇ ਸੱਤ ਦੀ ਪੂਜਾ ਕਰਦੇ ਹਾਂ ਕਈ ਵਾਰ, ਪਰ ਸੱਤ ਦਾ ਜੀਣਾ ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕੀਤਾ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤਾ। ਸੱਤ ਦਾ ਜੀਣਾ, ਸੱਤ ਦਾ ਜੀਣਾ ਜੋ ਕਿਹਾ ਪ੍ਰਤੱਖ ਕਰਕੇ ਮੰਨਿਆ, ਫਿਰ ਪ੍ਰੇਮ ਕਰਕੇ ਜਿਵੇਂ ਬਾਬਾ ਧੰਨਾ ਜੀ ਨੇ ਰੱਬ ਨੂੰ ਪਾਇਆ ਨਾ, ਵੀ ਜੇ ਹੁਣ ਮੈਂ ਤੇਰਾ ਹੀ ਹੋ ਗਿਆ, ਜੇ ਫਿਰ ਮੈਂ ਤੇਰਾ ਤੇ ਫਿਰ ਦੂਰੀ ਕਾਹਦੀ ਰੱਖਦਾ ਆ ਜਾ। ਇਹ ਹੁੰਦੀ ਆ ਸਾਧ ਸੰਗਤ ਜੀ ਪ੍ਰੀਤ, ਫਿਰ ਰੱਬ ਨੂੰ ਪਾਇਆ, ਫਿਰ ਪ੍ਰਚਾਰ ਕੀਤਾ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇਖੋ, ਜਿਹੜੇ ਸਾਧ ਸੰਗਤ ਜੀ 1913 ਦੇ ਵਿੱਚ ਝੋਲਾਂ ਦੀ ਪਾਵਨ ਪਵਿੱਤਰ ਧਰਤੀ ਨੂੰ ਜੋ ਭਾਗ ਲਾ ਰਹੇ ਆ, ਉਹ ਸਮਾਂ ਬੜਾ ਸੀਮਤ। ਮੇਰੀ ਕਵਿਤਾ ਦੇ ਜਿਹੜੇ ਬੋਲ ਆ ਕਿ ਧਰਤੀ ਝੋਲਾਂ ਪਿੰਡ ਨੂੰ ਗੁਰਾਂ ਭਾਗ ਲਗਾਏ, ਕਿੱਦਾਂ ਭਾਗ ਲਾਏ ਆ, ਕਿਵੇਂ ਉਹ ਪਿਤਾ, ਕਿਉਂਕਿ ਮਾਤਾ ਤੇ ਪਿਤਾ ਪੂਜਣ ਯੋਗ ਹੋ ਜਾਂਦੇ ਆ, ਧਰਤੀ ਪੂਜਣ ਯੋਗ ਹੋ ਜਾਂਦੀ ਆ। ਸਰਦਾਰ ਬੱਗਾ ਸਿੰਘ ਜੀ, ਮਾਤਾ ਪ੍ਰਤਾਪ ਕੌਰ ਜੀ ਦਾ ਪ੍ਰਤਾਪ ਇੰਨਾ ਵੱਧ ਗਿਆ
ਕਿਉਂਕਿ ਸਾਧੂ ਨੇ ਜਨਮ ਲਿਆ। ਆਓ ਕਵਿਤਾ ਦੇ ਰੂਪ ਵਿੱਚ ਗੁਰਚਰਨ ਸਿੰਘ ਬੀਏ ਦੇ ਸਾਥੀ ਇਉਂ ਕਹਿੰਦੇ ਜਾਂਦੇ ਨੇ। ਓ ਪਿਤਾ ਬੱਗਾ ਸਿੰਘ ਜੀ
ਦਰ ਚੱਲ ਕੇ ਰਾਜੇ ਮਹਾਰਾਜੇ ਚੱਲ ਕੇ ਆਉਂਦੇ ਆ, ਜਿਵੇਂ ਨਾਨਕਸਰ ਸਿੰਘੜਾ ਦੀ ਧਰਤੀ ਨੂੰ ਮੱਥੇ ਟਿਕਦੇ ਆ, ਇਹ ਧਰਤੀ ਦੇ ਭਾਗ ਹਨ, ਇਹ ਆਪਣੇ ਵੱਡੇ ਲੋਕਾਂ ਆਪਣੇ ਲੋਕਾਂ ਦੇ ਵੱਡੇ ਪੁੰਨੇ ਆ, ਇਹ ਤਾਂ ਨਮਸਕਾਰਾਂ ਹੁੰਦੀਆਂ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਏ ਤੇ ਸਾਧ ਸੰਗਤ ਜੀ ਐਸੀ ਕਿਰਪਾ ਕੀਤੀ, 7.5 ਲੱਖ ਪ੍ਰਾਣੀਆਂ ਨੂੰ ਰੱਬ ਨਾਲ ਜੋੜਿਆ, ਖੰਡੇ ਬਾਟੇ ਦੀ ਪੌਲ ਪਲਾਈ 7.5 ਲੱਖ ਪ੍ਰਾਣੀਆਂ, ਕਹਿ ਦੇਣਾ ਸੌਖਾ ਨਹੀਂ। ਤੇ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਿਧਾਂਤ ਦਿੱਤਾ, ਧੰਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਜੇ ਸਿਧਾਂਤ ਤੇ ਤੁਰਨਾ ਸਿਖਾਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਬਖਸ਼ੀ, ਤੇ ਸਾਧ ਸੰਗਤ ਜੀ ਉਸੇ ਤੇ ਚੱਲ ਕੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਬਾਬਾ ਈਸ਼ਰ ਸਿੰਘ ਜੀ ਦੇ ਵਰਸਾਏ ਹੋਏ ਮਹਾਂਪੁਰਖ ਜਿਨ੍ਹਾਂ ਦੇ ਪ੍ਰਤਾਪ ਦੇ ਨਾਲ ਆਏ ਧਰਤੀ ਤੇ ਮਹਾਂਪੁਰਖ, ਧੰਨ ਬਾਬਾ ਰਾਮ ਸਿੰਘ ਜੀ ਮਹਾਰਾਜ, ਉਹ ਆਪਾਂ ਨੂੰ ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ। ਸੋ ਸਾਧ ਸੰਗਤ ਜੀ ਬਹੁਤ ਬਹੁਤ ਵਧਾਈਆਂ। ਆਓ, ਇਹਨਾਂ ਚਿਰ ਜਥਾ ਸਟੇਜ ਤੇ ਪਹੁੰਚ ਰਿਹਾ, ਮੈਂ ਸ਼ਾਰੇ ਮਾਤਰ ਬਾਬਾ ਜੀ ਜੋ ਕਵਿਤਾ ਸੁਣਦੇ ਸੀ ਕਿ ਧੰਨ ਬਾਬਾ ਈਸ਼ਰ ਸਿੰਘ ਜੀ, ਤੇਰਾ ਜੱਗ ਵਿੱਚ ਨਾ ਕੋਈ ਸਾਨੀ, ਤੇਰਾ ਦੁਨੀਆਂ ਤੇ ਕੋਈ ਸਾਨੀ ਨਹੀਂ, ਤੇਰਾ ਕੋਈ ਦੇਣ ਨਹੀਂ ਦੇ ਸਕਦਾ, ਤੇਰਾ ਕੋਈ ਸਾਰੀ ਜ਼ਿੰਦਗੀ ਮੈਂ ਕਹਿੰਦਾ ਸਿਜਦਾ ਕਰਦੇ ਹਾਂ, ਜੇ ਮੱਥੇ ਵੀ ਕੱਸ ਜਾਣ ਤਾਂ ਵੀ ਤੇਰਾ ਸ਼ੁਕਰਾਨਾ ਨਹੀਂ ਕਰ ਸਕਦਾ, ਕਿਉਂਕਿ ਇੰਨੀ ਕਿਰਪਾ ਕੀਤੀ, ਇੰਨੀਆਂ ਬਖਸ਼ਾਂ ਕੀਤੀਆਂ। ਆਓ ਕਵਿਤਾ ਦੇ ਬੋਲ ਕਿ ਤੇਰਾ ਜੱਗ ਵਿੱਚ ਨਾ ਕੋਈ ਸਾਨੀ, ਧੰਨ ਬਾਬਾ
ਈਸ਼ਰ ਸਿੰਘ ਜੀ ਆਓ ਉਹਨਾਂ ਬੋਲਾਂ ਨੂੰ ਗੁਰਚਰਨ ਸਿੰਘ ਬੀਏ ਦੇ ਸਾਥੀ ਆ ਨਾਲ ਜੋ ਪਹਿਲੀ ਵਾਰ ਹਾਜ਼ਰੀ ਭਰ ਰਹੇ ਆ ਰਾਜਿੰਦਰ ਸਿੰਘ ਜੀ ਰੋਸ਼ਨ ਤੇ ਦੂਜੇ ਪਾਸੇ ਰਾਜਿੰਦਰ ਸਿੰਘ ਰਾਜਨ ਤੇ ਸਰਜੀ ਤੇ ਸਾਥ ਨਿਭਾ ਰਹੇ ਆ ਕਾਕਾ ਅਮਰਿੰਦਰ ਸਿੰਘ ਜੀ ਤੇ ਆਓ ਢਾਡੀ ਜਥਾ ਆਪ ਸੰਗਤਾਂ ਦੀ ਭੇਟਾ ਕਰਨ ਜਾ ਰਿਹਾ ਢਾਡੀ ਜਥੇ ਭਾਈ ਮਾਨ ਸਿੰਘ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਮੁੱਚੇ ਜਥੇ ਦਾ ਅਸੀਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਹਾਜ਼ਰੀ ਭਰਨੀ ਆ ਪਹਿਲੀ ਵਾਰ ਸਟੇਜ ਤੇ ਆ ਕੇ ਦਰਸ਼ਨਦਾਰੇ ਕਰ ਰਹੇ ਆ ਜੀ ਆਇਆਂ ਨੂੰ ਆਓ ਤੇਰਾ ਜੱਗ ਵਿੱਚ ਨਾ ਕੋਈ ਜੱਗ ਵਿੱਚ ਨਾ ਕੋਈ ਸਾਨੀ ਧੰਨ ਬਾਬਾ ਈਸ਼ਰ ਸਿੰਘ ਜੀ ਤੇਰਾ ਜੱਗ ਵਿੱਚ ਨਾ ਕੋਈ ਸਾਨੀ ਧੰਨ ਬਾਬਾ ਕਲੇਰਾ ਵਾਲਿਆ ਬਾਬਾ ਕਲੇਰ ਵਾਲਿਆ
ਤੇ ਹੁਕਮ ਪ੍ਰੀਤ ਗੁਰੂ ਨਾਲ ਪਾ ਲਈ। ਬੂਟਾ ਲਾਇਆ ਐਸਾ ਬ੍ਰਹਮ ਗਿਆਨੀ, ਧੰਨ ਬਾਬਾ ਈਸ਼ਰ ਸਿੰਘ ਜੀ, ਤੇਰਾ ਜਗ ਵਿੱਚ ਨਾ ਕੋਈ ਸਾਨੀ। ਧੰਨ ਬਾਬਾ ਕਲੇਰਾਂ ਵਾਲਿਆ, ਬਾਬਾ ਈਸ਼ਰ ਸਿੰਘ ਜੀ, ਤੇਰਾ ਜਗ ਵਿੱਚ ਨਾ ਕੋਈ ਸਾਨੀ। ਧੰਨ ਬਾਬਾ ਕਲੇਰਾਂ ਵਾਲਿਆ। ਬਾਬਾ ਈਸ਼ਰ ਸਿੰਘ ਜੀ, ਤੇਰਾ ਜਗ ਵਿੱਚ ਨਾ ਕੋਈ ਸਾਨੀ। ਧੰਨ ਬਾਬਾ ਕਲੇਰਾਂ ਵਾਲਿਆ, ਤੇਰਾ ਜਗ ਵਿੱਚ ਨਾ ਕੋਈ ਸਾਨੀ। ਧੰਨ ਬਾਬਾ ਈਸ਼ਰ ਸਿੰਘ ਜੀ। ਸੰਤ ਸ਼ਰਨ ਜੋ ਜਨ ਪਰੇ ਸੋ ਜਨ ਜਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੋ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੋਇਆ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪ੍ਰਣਾਮ, ਧੰਨ ਬਾਬਾ ਰਾਮ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਣਾਮ,
ਜਿਨ੍ਹਾਂ ਨੇ ਦਾਸਰਿਆਂ 'ਤੇ ਬੇਅੰਤ ਕਿਰਪਾਵਾਂ ਕੀਤੀ ਅਤੇ ਸਾਧ ਸੰਗਤ ਜੀ ਬਖਸ਼ਾਂ ਦੇ ਕਰਕੇ ਨਿਵਾਜ ਕਰਕੇ ਪੰਥ ਦੀ ਸੇਵਾ ਵਾਸਤੇ ਤਿਆਰ ਕੀਤਾ। ਅੱਜ ਵੀ ਉਹਨਾਂ ਦਾ ਹੱਥ ਸਿਰ 'ਤੇ ਆ। ਉਸੇ ਤਰ੍ਹਾਂ ਨਾਲ ਸਾਧੂਆਂ ਦਾ, ਬਾਬਾ ਸਰਸਾ ਜੀ, ਭੋਲਾ ਜੀ, ਗੇਜਾ ਜੀ, ਤ੍ਰਿਲੋਚਨ ਜੀ, ਸਾਰੇ ਦੇ ਸਾਰੇ ਉਹੀ ਪਿਆਰ, ਉਹੀ ਪ੍ਰੇਮ। ਸਾਧ ਸੰਗਤ ਜੀ, ਅੱਜ ਵੀ ਭਾਵੇਂ ਬਾਬਾ ਜੀ ਸਰੀਰ ਕਰਕੇ ਸਾਡੇ ਵਿੱਚ ਨਹੀਂ, ਪਰ ਬੇਨਤੀਆਂ 'ਤੇ ਅੱਜ ਵੀ ਸੁਣ ਰਹੇ ਹਨ, ਅਰਦਾਸਾਂ 'ਤੇ ਅੱਜ ਵੀ ਉੱਦਾਂ ਹੀ ਪੂਰੀਆਂ ਹੋ ਰਹੀਆਂ। ਦਿਨੋਂ ਦਿਨ ਪ੍ਰਤਾਪ ਵੱਧਦਾ ਜਾ ਰਿਹਾ, ਕਿਉਂਕਿ ਜਿੱਥੇ ਸੰਤ ਆ ਉੱਥੇ ਅਮਰ ਸ਼ਹੀਦ ਹੈ। ਤੇ ਰੱਬ ਪਹਿਲੀ ਗੱਲ ਸੰਤ ਦਾ ਕਹਿਣਾ ਨਹੀਂ ਮੋੜਦਾ, ਤੇ ਫਿਰ ਜੇ ਸੰਤ ਸ਼ਹੀਦ ਹੋਵੇ ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਰਦਾਸ ਪੂਰੀ ਨਾ ਹੋਵੇ। ਸੋ ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹਾਂ, ਅਗਲਾ ਪ੍ਰੋਗਰਾਮ ਸਰਵਣ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ, ਸਮੂਹ ਸੰਗਤਾਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।